ਮੋਤੀਆਂ ਦੀ ਮਾਲਾ, ਹੱਡੀਆਂ, ਬੈਲਟ ਤੇ ਕੜੇ, ਧਾਗੇ, ਸਿਆਹ ਕੱਪੜੇ, ਤਾਵੀਜ਼। ਤਾਵੀਜ਼ ਕਿਆ ਕੀ ਹੈ, ਇਹ ਕਿਵੇਂ ਇਸਤੇਮਾਲ ਕੀਤਾ ਜਾਂਦਾ? ਤਾਵੀਜ਼ ਮੋਤੀਆਂ ਦੀ ਮਾਲਾ, ਹੱਡੀਆਂ ਤੇ ਕੁਝ ਲਿਖਿਆ ਹੋਇਆ, ਕੜੇ, ਬੈਲਟ ਤੇ ਧਾਗੇ, ਜਾਂ ਇਹਦੇ ਇਲਾਵਾ ਬੱਚੇ ਦੇ ਗਲਿਆਂ 'ਚ ਜਾਂ ਘਰਾਂ ਦੇ ਵਿੱਚ ਲਟਕਾਏ ਜਾਂਦੇ ਨੇ, ਗੱਡੀਆਂ ਦੇ ਦਰਵਾਜ਼ਿਆਂ ਦੇ ਉੱਤੇ ਵੀ ਲਟਕਾਏ ਜਾਂਦੇ ਨੇ। ਇਹਦਾ ਨਾਮ ਕਿਉਂ ਇਹ ਰੱਖਿਆ ਗਿਆ, ਕਿਉਂਕਿ ਔਰ ਇਹਨੂੰ ਕਿਉਂ ਇਸਤੇਮਾਲ ਕੀਤਾ ਜਾਂਦਾ ਹੈ? ਇਹ ਨਾਮ ਰੱਖਣ ਦੀ ਵਜ੍ਹਾ ਕਿਉਂਕਿ ਇਹ ਲੋਕ ਅਕੀਦਾ ਰੱਖਦੇ ਸੀ ਕਿ ਇਹ ਮੁਕੰਮਲ ਦਵਾ ਅਤੇ ਸ਼ਫਾ ਹੈ। ਇਹਦਾ ਇਸਤੇਮਾਲ ਮੁਸੀਬਤ ਨੂੰ ਟਾਲਣ ਅਤੇ ਦੂਰ ਕਰਨ ਵਾਸਤੇ, ਨਜ਼ਰਬੱਦ ਅਤੇ ਬਿਮਾਰੀ ਅਤੇ ਸ਼ੈਤਾਨਾਂ ਨੂੰ ਨਸਾਉਣ ਵਾਸਤੇ। ਤਵੀਜ਼ ਦੀ ਮੁਖਤਲਿਫ ਸ਼ਕਲਾਂ ਨੇ, ਜਿਵੇਂ ਮੋਤੀਆਂ ਦੀ ਮਾਲਾ, ਹੱਡੀਆਂ, ਸਿੱਪੀਆਂ, ਧਾਗੇ, ਸਿਆਹ ਕੱਪੜੇ, ਲਟਕਾਉਣਾ ਗੱਡੀਆਂ ਦੇ ਦਰਵਾਜ਼ਿਆਂ ਤੇ, ਕੁਰਾਨ ਛੋਟਾ ਗਲੇ ਡੱਬੀ 'ਚ ਬੰਦ ਕਰਕੇ ਗਲੇ 'ਚ ਲਟਕਾਉਣਾ, ਕੜੇ, ਧਾਗੇ, ਹੱਥ ਤੇ ਜਾਂ ਬਾਜ਼ੂ ਤੇ ਬੰਨਣਾ। ਤਵੀਜ਼ ਇਹਦੇ ਅਹਕਾਮ ਅਤੇ ਕਿਸਮਾਂ। ਪਹਿਲੀ ਕਿਸਮ ਹੈ ਕੁਰਾਨ 'ਚ ਹੋਵੇ, ਔਰ ਇਹਦੀ ਦੋ ਕਿਸਮਾਂ ਨੇ। ਪਹਿਲੀ ਕਿਸਮ ਸ਼ਿਰਕੇ ਅਕਬਰ ਹੈ, ਜੋ ਮੁਕੰਮਲ ਜਿਹੜੀ ਮੁਕੰਮਲ ਤੌਹੀਦ ਦੀ ਮੁਖਾਲਫਤ ਹੈ, ਜਿਵੇਂ ਕਿ ਐਸਾ ਤਵੀਜ਼ ਜਿਹੜਾ ਗੈਰ ਅੱਲਾਹ ਤੋਂ ਜਿਹਦੇ ਕੋਲ ਚਲੋ ਮਦਦ ਮੰਗੀ ਗਈ ਹੋਵੇ, ਜਾਂ ਇਹ ਅਕੀਦਾ ਰੱਖੇ ਕਿ ਤਵੀਜ਼ ਨਕਸ਼ ਮੁਸੀਬਤ ਦੂਰ ਕਰਨ ਵਾਸਤੇ ਜਾਂ ਟਾਲਦਾ। ਦੂਜੀ ਕਿਸਮ ਸ਼ਿਰਕੇ ਅਸਗਰ ਹੈ, ਐਸਾ ਤਵੀਜ਼ ਜਿਹੜਾ ਇਸਤੇਮਾਲ ਕਰਨ ਵਾਲਾ ਸਮਝੇ ਕਿ ਮੁਸੀਬਤ ਦੂਰ ਕਰਨ ਜਾਂ ਟਾਲਣ ਵਾਸਤੇ ਜਿਵੇਂ ਲਿਖਿਆ ਜਾਂਦਾ ਹੈ, ਐਸਾ ਕਲਾਮ, ਐਸਾ ਇਸ਼ਾਰਾ ਜਿਹਦੀ ਸਮਝ ਨਹੀਂ ਆਉਂਦੀ। ਆਪ ਸਲਸਲ ਨੇ ਫਰਮਾਇਆ, ਜਿਹਨੇ ਤਵੀਜ਼ ਲਟਕਾਇਆ ਉਹਨੇ ਸ਼ਿਰਕ ਕੀਤਾ। ਦੂਸਰੀ ਕਿਸਮ ਲਟਕਾਈ ਹੋਈ ਜਿਹੜੀ ਕੁਰਾਨ 'ਚੋਂ ਹੋਵੇ, ਇਹ ਵੀ ਜਾਇਜ਼ ਨਹੀਂ, ਕਿਉਂਕਿ ਆਪਨੇ ਅਮੂਮੀ ਤੌਰ 'ਤੇ ਮਨ੍ਹਾ ਫਰਮਾਇਆ ਹੈ, ਔਰ ਇਹਦੇ 'ਚ ਕੁਰਾਨ ਦੀ ਵੀ ਇਹਾਨਤ ਹੈ। ਤਵੀਜ਼ ਪਹਿਨਣ ਦਾ ਰਸਤਾ ਬੰਦ ਕਰਨ ਵਾਸਤੇ, ਮੁਸੀਬਤ ਨੂੰ ਟਾਲਣ ਦੂਰ ਕਰਨ ਵਾਸਤੇ ਕੀ ਕੀਤਾ ਜਾਏ? ਅੱਲਾਹ 'ਤੇ ਭਰੋਸਾ, ਅਜ਼ਕਾਰ ਔਰ ਦੁਆਵਾਂ ਦਾ ਪੜ੍ਹਨਾ।